ਦੋਸਤੋ ਮੈਂ ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਸਲ ਵੱਟੂ। ਅੱਜ ਜਨਾਬ ਸਾਡੀ ਜਿਹੜੀ 2D ਹੈ ਨਾ ਕਰੋਲਾ 2000 ਮਾਡਲ, ਇਹਦਾ ਭਰਾ ਉਹ ਜਿਹੜਾ ਨੇ ਇੱਕ ਸਾਈਡ ਦਾ ਕੀ ਕਹਿੰਦੇ ਨੇ ਗੋਡਾ ਜਾਂ ਐਕਸਲ ਜਿਹੜਾ ਪਹੀਏ ਨੂੰ ਘੁਮਾਉਂਦਾ ਉਹ ਟੁੱਟ ਗਿਆ, ਅਤੇ ਹੁਣ ਜਨਾਬ ਵਰਕਸ਼ਾਪ 'ਤੇ ਨਹੀਂ ਜਾ ਸਕਦੀ ਕਿਉਂਕਿ ਵਰਕਸ਼ਾਪ 15 ਕਿਲੋਮੀਟਰ ਦੇ ਫਾਸਲੇ, ਇਹਨੂੰ ਹੁਣ ਮੈਂ ਲੈ ਜਾਵਾਂਗਾ ਆਪਦੇ ਡੇਰੇ 'ਤੇ, ਉੱਥੇ ਠਾਲ ਕੇ ਮਿਸਤਰੀ ਨੂੰ ਮੰਗਾਵਾਂਗੇ ਫਿਰ ਨਵਾਂ ਗੋਡਾ ਅਤੇ ਦੋਸਤੋ ਇਹ ਸੰਗਲ ਇੱਥੇ ਟੋਚਨ ਕਰ ਦਿੱਤਾ ਹੈ, ਅਤੇ ਹੁਣ ਅਸੀਂ ਅੱਲਾ ਨੂੰ ਯਾਦ ਕਰ ਬੋਨਟ ਦੇ ਥੱਲੇ ਸੁੱਟਣੇ, ਅੱਗੇ ਪੈਟਰੋਲ ਪੰਪ ਉੱਥੇ ਜਾ ਕੇ ਨਾ ਇਹਦਾ ਮੋੜ ਖੁੱਲ੍ਹਾ ਜਾਂ ਕੱਟ ਕੇ ਇਹਨੂੰ ਸਿੱਧਾ ਜਨਾਬ ਗਰੀ ਲੈ ਚੱਲੇ ਆਪਣੇ ਡੇਰੇ 'ਤੇ, ਅਤੇ ਫਿਰ ਮਿਸਤਰੀ ਨੂੰ ਮੰਗਾ ਕੇ ਅਤੇ ਇਹਦਾ ਗੋਡਾ ਪਾਵਾਂਗੇ। ਅਤੇ ਮੇਰਾ ਇੱਕ ਦੋਸਤਾਂ ਨੂੰ ਮਸ਼ਵਰਾ ਹੈ ਜਿਹਦੇ ਵੀ ਗੱਡੀ ਦੇ ਗੋਡੇ ਆਵਾਜ਼ ਦੇਵਣ ਉਹ ਜਾਂ ਆਵਾਜ਼ ਆਵੇ ਤਾਂ ਉਹਨਾਂ ਨੂੰ ਚੇਂਜ ਕਰਾ ਲਵੇ, ਇਹਦੇ ਆਵਾਜ਼ ਦਿੰਦੇ ਸਨ ਅਸਾਂ ਚੇਂਜ ਕਿਉਂ ਨਹੀਂ ਕਰਵਾਏ, ਲੇਕਿਨ ਅੱਜ ਰਾਹ ਜਾਂਦੇ ਟੁੱਟ ਗਏ ਨੇ। ਅਤੇ ਚਲੋ ਇਹ ਬੜੀ ਅੱਲਾ ਦਾ ਸ਼ੁਕਰ ਹੈ ਵੀ ਸਾਡੇ ਘਰ ਦੇ ਕਰੀਬ ਹੀ ਜਾ ਕੇ ਨੇ ਟੁੱਟਿਆ, ਹਾਦਸਾ ਹੋਇਆ 1 ਕਿਲੋਮੀਟਰ ਦੇ ਫਾਸਲੇ 'ਤੇ, ਅਤੇ ਹੁਣ ਫਿਰ ਜਨਾਬ ਅਸੀਂ ਇਹਨੂੰ ਲੈ ਚੱਲੇ ਹਾਂ ਆਪਣੇ ਡੇਰੇ 'ਤੇ, ਮਿਸਤਰੀ ਮੰਗਾ ਕੇ ਫਿਰ ਇਹਦਾ ਗੋਡਾ ਜਦੋਂ ਚੇਂਜ ਹੋਵੇਗਾ ਤੁਹਾਨੂੰ ਵਿਖਾਵਾਂਗੇ ਵੀ ਗੋਡਾ ਕਿਸ ਤਰੀਕੇ ਚੇਂਜ ਹੁੰਦਾ। ਅਤੇ ਆਓ ਇਸ ਨੂੰ ਚੱਲਣੇ ਜਨਾਬ ਅੱਗੇ ਬਹਿ ਫਰਾਨ ਵੀ ਵੇਚੇਗੀ। ਅਤੇ ਸਾਰੇ ਕੰਮ ਜਿਹੜੇ ਨੇ ਨਾ ਇਹ ਫੋਰ ਟੈਕਟਰੀ ਕਰਨੇ ਪਿੱਛੇ ਆ ਰਹੇ ਗੱਡੀਆਂ ਪਿੱਛੇ ਆ ਰਹੇ। ਦੋਸਤੋ ਰੋਡ ਜਾਣੇ ਤੇ ਰੋਡ ਜਾਣੇ ਆਵਾਜ਼ ਬੰਦ ਕਰ। ਅਤੇ ਦੋਸਤੋ ਬਿਲਾਖਰ ਜਨਾਬ ਮੈਂ ਜ਼ਫਰ ਚੌਂਕ ਤੋਂ ਗੱਡੀ ਆਪਣੇ ਡੇਰੇ ਤੱਕ ਲੈ ਆਉਂਦੀ ਹੈ, ਅਤੇ ਹੁਣ ਮੈਂ ਦੋਸਤਾਂ ਨੂੰ ਇਹੀ ਗੁਜ਼ਾਰਿਸ਼ ਕਰਨਾ ਡਰਾਈਵਰ ਹਜ਼ਰਾਤ ਨੂੰ ਜਿਹੜੇ ਗੱਡੀ ਚਲਾਉਂਦੇ ਹੋਣ, ਇਹ ਮੇਰਾ ਪ੍ਰੈਕਟੀਕਲ ਵੀ ਤੁਸੀਂ ਵੇਖ ਲਿਆ, ਜਦੋਂ ਵੀ ਕਿਸੇ ਗੱਡੀ ਦੇ ਵੀ ਗੋਡੇ ਆਵਾਜ਼ ਦੇਵਣ ਮੋੜ ਕੱਟੋ ਅਤੇ ਚੀਂ ਚੀਂ ਦੀ ਆਵਾਜ਼ ਆਵੇ ਤਾਂ ਸਮਝਿਆ ਵੀ ਸਾਡੇ ਜਿਹੜੇ ਨੇ ਗੱਡੀ ਦੇ ਗੋਡੇ ਖਰਾਬ ਹੋ ਗਏ, ਅਤੇ ਉਹਨਾਂ ਨੂੰ ਨਵੇਂ ਬਣਵਾਉਣ ਦੀ ਕੋਸ਼ਿਸ਼ ਕਰਿਆ। ਅਤੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂ, ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਸਲ ਵੱਟੂ, ਅੱਲਾ ਹਾਫਿਜ਼।
ਪਾਕਿਸਤਾਨ ਜ਼ਿੰਦਾਬਾਦ।